ਆਪਾਂ ਕੀ ਦੇਖਦੇ ਆ ਕਿ ਅੱਜ ਕੱਲ ਸਭ ਲੋਕ ਜਿਹੜੇ ਸ਼ਾਰਟਕਟ ਮਾਰਨ ਦੇ ਵਿੱਚ ਲੱਗੇ ਹੋਏ ਆ ਸਿਰਫ ਟ੍ਰੇਨਰ ਦੀ ਬਾਡੀ ਦੇਖ ਲੈਂਦੇ ਆ ਨਾ ਉਹਦੀ ਕੋਈ ਸਟੱਡੀ ਦੇਖਦਾ ਨਾ ਉਹਦਾ ਵਰਕ ਐਕਸਪੀਰੀਅੰਸ ਦੇਖਦਾ ਕਿਸ ਤਰ੍ਹਾਂ ਦਾ ਔਰ ਉਹਦਾ ਬੈਕਗ੍ਰਾਉਂਡ ਕੋਈ ਨਹੀਂ ਦੇਖਦਾ ਉਸ ਟ੍ਰੇਨਰ ਨੇ ਕਿਸ ਵੇ ਨਾਲ ਆਪਣੀ ਬਾਡੀ ਬਣਾਈ ਹੈ ਜਾਂ ਕਿਸ ਤਰ੍ਹਾਂ ਉਹਨੇ ਆਪਣਾ ਆਊਟਲੁੱਕ ਬਣਾਉਣ ਲਈ ਕਿਸ ਤਰ੍ਹਾਂ ਦਾ ਰਿਸਕ ਲਿਆ ਆਪਣੇ ਨਾਲ ਇਸ ਚੀਜ਼ ਤੇ ਕੋਈ ਧਿਆਨ ਨਹੀਂ ਕਰਦਾ ਸਿਰਫ ਟ੍ਰੇਨਰ ਨੂੰ ਦੇਖਿਆ ਦੇਖਣ ਸੋਹਣਾ ਲੱਗਿਆ ਚਲੋ ਜੀ ਆਪਾਂ ਜਿਮ ਜੁਆਇਨ ਕਰ ਲੈਂਦੇ ਆ 90% ਜਿਹੜੇ ਕੇਸਸ ਐ ਇਹ ਸਿਰਫ ਉਹ ਟ੍ਰੇਨਰ ਦੀ ਬੋਡੀ ਦੇਖ ਕੇ ਜੁਆਇਨ ਕੀਤੇ ਜਾ ਰਹੇ ਜਿਹੜੇ ਬੱਚੇ ਕਰ ਰਹੇ ਆ ਅੱਜਕੱਲ੍ਹ ਜਿਆਦਾ ਕੀ ਕਰਦੇ ਆ ਦੇਖਦੇ ਕੀ ਟੈਬਲੇਟ ਲੈ ਲਈਏ ਜੀ ਆਹ ਲੈ ਲਓ ਇਹਦੇ ਨਾਲ ਮਸਲ ਪੰਪ ਹੋਏਣਾ ਇਹਦੇ ਨਾਲ ਤੁਹਾਡਾ ਬਾਈਸੈਪ ਦਾ ਸਾਈਜ਼ ਵੱਡਾ ਹੋ ਜਾਣਾ ਜੀ ਇਹਦੇ ਨਾਲ ਤੁਹਾਡੀ ਚੈਸਟ ਬਣ ਜਾਣੀ ਹੈ ਜੀ ਉਹ ਸਿਰਫ ਟੈਬਲੇਟਸ ਲਈ ਜਾਂਦੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮਸਲ ਬਣਨ ਤੋਂ ਬਾਅਦ ਇਸ ਸਟੀਰੋਇਡ ਨੂੰ ਬੋਡੀ ਦੇ ਵਿੱਚੋਂ ਵਾਸ਼ ਆਊਟ ਕਿਦਾਂ ਕਰਨਾ ਹਾਰਟ ਅਟੈਕ ਉਹਨਾਂ ਨੂੰ ਆਉਂਦੇ ਆ ਇੰਨੇ ਬੱਚਿਆਂ ਦੀ ਡੈਥ ਹੋ ਰਹੀ ਆ ਇਹ ਬੜਾ ਹੀ ਸੀਰੀਅਸ ਮੁੱਦਾ ਹੈ ਕਿ ਜਿਹੜੇ ਜਿਮ ਲੋਕਾਂ ਨੂੰ ਹੈਲਥ ਦਿੰਦੇ ਆ ਉਹ ਲੋਕਾਂ ਦੀ ਜਾਨ ਲੈਣ ਤੇ ਲੱਗੇ ਹੋਏ ਫਿਟ ਟ੍ਰੇਨਰ ਉਹਨਾਂ ਨੂੰ ਜੋ ਵੀ ਦਿੰਦਾ ਉਹ ਅੱਖਾਂ ਬੰਦ ਕਰਕੇ ਲਈ ਜਾਂਦੇ ਆ 4 ਕਿ 6 ਮਹੀਨਿਆਂ ਦੇ ਵਿੱਚ ਅਸੀਂ ਦੇਖਦੇ ਆ ਕਿ ਬੱਚਿਆਂ ਦੀ ਪੂਰੀ ਸ਼ੇਪ ਚੇਂਜ ਹੋ ਜਾਂਦੀ ਹੈ ਔਰ ਉਹ ਲੱਗਦੇ ਵੀ ਹਾਂ ਵਾਕਈ ਬਾਡੀ ਬਿਲਡਿੰਗ ਹੋ ਗਿਆ ਬਟ ਇਹ ਨਹੀਂ ਪਤਾ ਵੀ ਅੰਦਰੋਂ ਬਿਲਕੁਲ ਖਾਲੀ ਹੁੰਦਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਕੱਲ ਨੌਜਵਾਨ ਪੀੜੀ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਹੈ ਵਧੀਆ ਬਾਡੀ ਬਣਾਉਣ ਦਾ ਬੋਡੀ ਬਿਲਡਿੰਗ ਕਰਨ ਦਾ ਸੋ ਕਈ ਨੌਜਵਾਨ ਕੁਦਰਤੀ ਤਰੀਕੇ ਦੇ ਨਾਲ ਆਪਣੀ ਬਾਡੀ ਬਣਾਉਂਦੇ ਨੇ ਐਕਸਰਸਾਈਜ਼ ਕਰਕੇ ਵਰਕਆਊਟ ਕਰਕੇ ਚੰਗੀ ਖੁਰਾਕ ਲੈ ਕੇ ਪਰ ਕੁਝ ਨੌਜਵਾਨ ਜਿਹੜਾ ਹੈਗਾ ਸ਼ਾਰਟਕੱਟ ਦਾ ਇਸਤੇਮਾਲ ਕਰਦੇ ਨੇ ਸਟੀਰੋਇਡਸ ਲੈਂਦੇ ਨੇ ਪ੍ਰੋਡਕਟ ਲੈਂਦੇ ਨੇ ਟੀਕੇ ਲਗਾਉਂਦੇ ਨੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹਨਾਂ ਦੀ ਬਾਡੀ ਨੂੰ ਅੰਦਰੋਂ ਹਾਮ ਕਰਦੇ ਨੇ ਨਸ਼ਟ ਕਰ ਦਿੰਦੇ ਬਾਡੀ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਪਰ ਅੰਦਰੋਂ ਅੰਦਰ ਉਹ ਖੋਖਲੀ ਹੁੰਦੀ ਜਾ ਰਹੀ ਹੈ ਸੋ ਐਸੀ ਹੀ ਮੁੱਦੇ ਤੇ ਗੱਲਬਾਤ ਕਰਾਂਗੇ ਯੋਗ ਐਂਡ ਵੈਲਨੈਸ ਐਕਸਪਰਟ ਦੇਵ ਢਿੱਲੋਂ ਦੇ ਨਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਰ ਤੁਹਾਡਾ ਰੰਗਲਾ ਟੀਵੀ ਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਕੱਲ ਨਾ ਨੌਜਵਾਨ ਪੀੜ੍ਹੀ ਦੇ ਵਿੱਚ ਬਹੁਤ ਜ਼ਿਆਦਾ ਕ੍ਰੇਜ਼ ਹੈ ਚੰਗੀ ਬੋਡੀ ਬਣਾਉਣ ਦਾ ਜਾਂ ਬੋਡੀ ਬਿਲਡਿੰਗ ਦਾ ਤੇ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਆਡੀਅנס ਨੂੰ ਦੱਸਣਾ ਚਾਹਾਂਗੇ ਕਿ ਇੱਕ ਚੰਗੀ ਜਿਹੀ ਅਸੀਂ ਬੋਡੀ ਬਣਾਉਣੀ ਹੈ ਉਹਦੇ ਲਈ ਸਾਨੂੰ ਕਿੰਨਾ ਵਰਕਆਊਟ ਕਰਨ ਦੀ ਲੋੜ ਹੈ ਤੇ ਕੀ ਕੀ ਡਾਈਟ ਲੈਣ ਦੀ ਲੋੜ ਆ ਸਤਿ ਸ਼੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਬੜੇ ਅੱਛੇ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਐਟ ਲੀਸਟ ਕਿਸੇ ਨੇ ਇਹ ਵਾਲਾ ਟੌਪਿਕ ਲਿਆ ਹੈ ਕਿ ਆਪਾਂ ਵੈਲਨੈਸ ਇੰਡਸਟਰੀ ਨੂੰ ਕਿਸ ਤਰ੍ਹਾਂ ਬੈਟਰ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਆਪਾਂ ਗਾਈਡ ਕਰ ਸਕਦੇ ਹਾਂ ਬੈਟਰ ਹੈਲਥ ਲਈ ਬੈਟਰ ਫਿਊਚਰ ਲਈ ਆਪਾਂ ਕੀ ਦੇਖਦੇ ਹਾਂ ਕਿ ਅੱਜਕਲ ਸਭ ਲੋਕ ਜਿਹੜੇ ਸ਼ਾਰਟਕਟ ਮਾਰਨ ਦੇ ਵਿੱਚ ਲੱਗੇ ਹੋਏ ਆ ਸਿਰਫ ਟ੍ਰੇਨਰ ਦੀ ਬਾਡੀ ਦੇਖ ਲੈਂਦੇ ਆ ਨਾ ਉਹਦੀ ਕੋਈ ਸਟੱਡੀ ਦੇਖਦਾ ਹੈ ਨਾ ਉਹਦਾ ਵਰਕ ਐਕਸਪੀਰੀਅੰਸ ਦੇਖਦਾ ਕਿਸ ਤਰ੍ਹਾਂ ਦਾ ਹੈ ਔਰ ਉਹਦਾ ਬੈਕਗਰਾਉਂਡ ਕੋਈ ਨਹੀਂ ਦੇਖਦਾ ਉਸ ਟ੍ਰੇਨਰ ਨੇ ਕਿਸ ਵੇ ਨਾਲ ਆਪਣੀ ਬੋਡੀ ਬਣਾਈ ਹੈ ਜਾਂ ਕਿਸ ਤਰ੍ਹਾਂ ਉਹਨੇ ਆਪਣਾ ਆਊਟਲੁੱਕ ਬਣਾਉਣ ਲਈ ਕਿਸ ਤਰ੍ਹਾਂ ਦਾ ਰਿਸਕ ਲਿਆ ਆਪਣੇ ਨਾਲ ਇਸ ਚੀਜ਼ ਤੇ ਕੋਈ ਧਿਆਨ ਨਹੀਂ ਕਰਦਾ ਸਿਰਫ ਟ੍ਰੇਨਰ ਨੂੰ ਦੇਖਿਆ ਦੇਖਣ ਸੋਹਣਾ ਲੱਗਿਆ ਚਲੋ ਜੀ ਆਪਾਂ ਜਿਮ ਜੁਆਇਨ ਕਰ ਲੈਨੇ ਆ 90% ਜਿਹੜੇ ਕੇਸਿਸ ਐ ਇਹ ਸਿਰਫ ਉਹ ਟ੍ਰੇਨਰ ਦੀ ਬੋਡੀ ਦੇਖ ਕੇ ਜੁਆਇਨ ਕੀਤੇ ਜਾ ਰਹੇ ਜਿਹੜੇ ਬੱਚੇ ਕਰ ਰਹੇ ਆ ਅੱਜ ਕੱਲ ਬਟ ਮੈਂ ਇਹ ਚਾਹੁੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਗਵਰਨਮੈਂਟ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਜਿਮ ਨੂੰ ਪ੍ਰੋਪਰ ਲਾਇ ਸਟੱਡੀ ਦੇਖੀ ਜਾਵੇ ਔਰ ਉਹਦੀ ਨੌਲੇਜ ਦੇਖਣ ਤੋਂ ਬਾਅਦ ਹੀ ਇਸ ਚੀਜ਼ ਨੂੰ ਅੱਗੇ ਲਿਆਂਦਾ ਜਾਵੇ ਵਰਕਆਊਟ ਪਲਾਨ ਸੈਕੰਡਰੀ ਹੁੰਦਾ ਫਰਸਟ ਆਫ ਆਲ ਆਉਂਦਾ ਉਸ ਬੰਦੇ ਦਾ ਨੌਲੇਜ ਉਹਦੀ ਸਟੱਡੀ ਤੇ ਕਿਸ ਤਰ੍ਹਾਂ ਉਹ ਗਾਈਡ ਕਰਦਾ ਬੰਦਿਆਂ ਨੂੰ ਹਾਂਜੀ ਸਰ ਮੇਰਾ ਸਵਾਲ ਸੀਗਾ ਕਿ ਜਿੱਦਾਂ ਨੌਜਵਾਨ ਸ਼ਾਰਟਕਟ ਅਪਣਾਉਂਦੇ ਆ ਸੋ ਸਾਡਾ ਆਪਾਂ ਆਡੀਅנס ਨੂੰ ਦੱਸਣਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇੱਕ ਨੇਚਰਲ ਤਰੀਕੇ ਦੇ ਨਾਲ ਤੇ ਚੰਗੀ ਖੁਰਾਕ ਲੈ ਕੇ ਬਿਨਾਂ ਕਿਸੇ ਸਪਲੀਮੈਂਟ ਦੇ ਕਿਵੇਂ ਬਾਡੀ ਆਪਣੀ ਬਣਾ ਸਕਦੇ ਆ ਵਧੀਆ ਵਧੀਆ ਬਾਡੀ ਬਣਾ ਸਕਦੇ ਆ ਜੀ ਧੰਨਵਾਦ ਇਸ ਲਈ ਕੀ ਹੁੰਦਾ ਕਿ ਆਪਣੇ ਜਿਹੜੇ ਇੰਡੀਅਨ ਡਾਈਟ ਪਲਾਨ ਹੈ ਇਹਦੇ ਵਿੱਚ ਬਹੁਤ ਕੁਝ ਹੈ ਆਪਣੇ ਬਜ਼ੁਰਗ ਜਿਹੜੇ ਦੇਸੀ ਚੀਜ਼ਾਂ ਖਾ ਕੇ ਇੰਨੀ ਵਧੀਆ ਉਹਨਾਂ ਦੀ ਹੈਲਥ ਹੁੰਦੀ ਸੀਗੀ ਔਰ 100-100 ਸਾਲ ਦੀ ਏਜ ਉਹ ਲੈ ਕੇ ਜਾਂਦੇ ਸੀਗੇ ਆਪਣੇ ਇੰਡੀਅਨ ਖਾਣੇ ਦੇ ਵਿੱਚ ਹਾਲਾਂਕਿ ਵੈਜ ਫੂਡ ਦੇ ਵਿੱਚ ਵੀ ਬਹੁਤ ਕੁਝ ਹੈ ਜਿਸ ਨਾਲ ਆਪਾਂ ਅੱਛੀ ਬੋਡੀ ਬਣਾ ਸਕਦੇ ਹਾਂ ਵਰਕਆਊਟ ਰੂਟੀਨ ਆਪਾਂ ਨੋਮਰ ਰੱਖ ਸਕਦੇ ਹਾਂ ਆਪਾਂ ਜਿਮ ਦੇ ਵਿੱਚ ਜਾਂਦੇ ਹਾਂ ਜਿਮ ਦਾ ਆਪਣਾ ਸ਼ੈਡਿਊਲ ਬਣਾਉਣਾ ਚਾਹੀਦਾ ਹੈ ਹਾਂਜੀ ਡਿਪੈਂਡ ਕਰਦਾ ਹੈ ਅਗਰ ਆਪਾਂ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਦੇ ਵਿੱਚ ਜਾਣਾ ਹੈ ਤਾਂ ਅਗਰ ਤੁਸੀਂ ਸਟੀਰੋਇਡ ਦੀ ਲਾਈਨ ਦੇ ਵਿੱਚ ਵੀ ਜਾਂਦੇ ਹੋ ਤਾਂ ਤੁਹਾਡਾ ਟ੍ਰੇਨਰ ਇੰਨਾ ਕੁਆਲੀਫਾਈਡ ਹੋਣਾ ਚਾਹੀਦਾ ਹੈ ਕਿ ਉਸ ਨੂੰ ਪਤਾ ਹੋਵੇ ਮੈਂ ਇਹਨੂੰ ਜੇ ਸਟੀਰੋਇਡ ਦੇ ਰਿਹਾ ਤਾਂ ਉਹਦੀ ਬੋਡੀ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਉਹ ਸਟੀਰੋਇਡ ਸਰਕਲ ਨੂੰ ਬਾਹਰ ਕਿਵੇਂ ਕੱਢਣਾ ਹੈ ਜ਼ਿਆਤਰ ਕੀ ਕਰਦੇ ਆ ਦੇਖਾ ਦੇ ਕੀ ਟੈਬਲੇਟ ਲੈ ਲਈਏ ਜੀ ਆਹ ਲੈ ਲਓ ਇਹਦੇ ਨਾਲ ਮਸਲ ਪੰਪ ਹੋ ਜਾਣਾ ਇਹਦੇ ਨਾਲ ਤੁਹਾਡਾ ਬਾਈਸੈਪ ਦਾ ਸਾਈਜ਼ ਵੱਡਾ ਹੋ ਜਾਣਾ ਹੈ ਜੀ ਇਹਦੇ ਨਾਲ ਤੁਹਾਡੀ ਚੈਸਟ ਬਣ ਜਾਣੀ ਹੈ ਜੀ ਉਹ ਸਿਰਫ ਟੈਬਲੈਟਸ ਲਈ ਜਾਂਦੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮਸਲ ਬਣਨ ਤੋਂ ਬਾਅਦ ਇਸ ਸਟੀਰੋਇਡ ਨੂੰ ਬੋਡੀ ਦੇ ਵਿੱਚੋਂ ਵਾਸ਼ ਆਊਟ ਕਿਦਾਂ ਕਰਨਾ ਵਾਸ਼ ਆਊਟ ਨਾ ਕਰਨ ਦਾ ਰੀਜ਼ਨ ਇਹ ਰਹਿੰਦਾ ਕਿ ਉਹਨਾਂ ਦੇ ਆਰਗਨਸ ਤੇ ਇਫੈਕਟ ਕਰਦਾ ਉਹਨਾਂ ਦੀ ਕਿਡਨੀਜ਼ ਡੈਮੇਜ ਹੋ ਜਾਂਦੀਆਂ ਹਾਰਟ ਅਟੈਕ ਉਹਨਾਂ ਨੂੰ ਆਉਂਦੇ ਆ ਇੰਨੇ ਬੱਚਿਆਂ ਦੀ ਡੈਥ ਹੋ ਰਹੀ ਹੈ ਇਹ ਬੜਾ ਹੀ ਸੀਰੀਅਸ ਮੁੱਦਾ ਹੈਗਾ ਕਿ ਜਿਹੜੇ ਜਿਮ ਲੋਕਾਂ ਨੂੰ ਹੈਲਥ ਦਿੰਦੇ ਆ ਉਹ ਲੋਕਾਂ ਦੀ ਜਾਨ ਲੈਣ ਤੇ ਲੱਗੇ ਹੋਏ ਆ ਦੇਸੀ ਵਰਕਆਊਟ ਕਰੋ ਪ੍ਰੋਪਰ ਜਿਮ ਦੇ ਵਿੱਚ ਵੀ ਵਰਕਆਊਟ ਕਰ ਸਕਦੇ ਹੋ ਬਟ ਨੈਚੁਰਲ ਡਾਈਟ ਦੇ ਨਾਲ ਜਾਓ ਤੁਸੀਂ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਕਰਨਾ ਹੈ ਸਰਟੀਫਾਈਡ ਟ੍ਰੇਨਰ ਦੇ ਕੋਲ ਜਾਓ ਉਹਦੇ ਕੁਆਲੀਫਿਕੇਸ਼ਨ ਦੇਖੋ ਫਿਰ ਤੁਸੀਂ ਉਸ ਦੀ ਗਾਈਡੈਂਸ ਦੇ ਵਿੱਚ ਆਓ ਸਰ ਜਿਹੜੇ ਆਪਾਂ ਨੈਚੁਰਲ ਤਰੀਕੇ ਦੇ ਨਾਲ ਬੋਡੀ ਬਣਾਉਨੇ ਆ ਤੇ ਉਸ ਨੌਜਵਾਨ ਪੀੜੀ ਨੂੰ ਸਾਡੇ ਨੂੰ ਦੱਸੋ ਕਿ ਕਿਵੇਂ ਨੈਚੁਰਲ ਵੇ ਦੇ ਨਾਲ ਅਸੀਂ ਬੋਡੀ ਬਣਾ ਸਕਦੇ ਆ ਸਾਨੂੰ ਕਿੰਨਾ ਟਾਈਮ ਜਿਹੜਾ ਹੈਗਾ ਵਰਕਆਊਟ ਕਰਨਾ ਚਾਹੀਦਾ ਕਿੰਨੇ ਮਹੀਨੇ ਜਿਹੜਾ ਹੈਗਾ ਸਾਨੂੰ ਵਰਕਆਊਟ ਕਰਕੇ ਸਾਨੂੰ ਰਿਜ਼ਲਟ ਮਿਲ ਸਕਦਾ ਕਿੰਨੇ ਮਹੀਨਿਆਂ ਦੇ ਵਿੱਚ ਜਾਂ ਫਿਰ ਕਿੰਨੇ ਸਾਲਾਂ ਦੇ ਵਿੱਚ ਥੈਂਕ ਯੂ ਇਹਦਾ ਕੀ ਹੁੰਦਾ ਹੈ ਜਿਵੇਂ ਟਾਰਗੇਟ ਤੇ ਡਿਪੈਂਡ ਕਰਦਾ ਹੈ ਆਪਣਾ ਟਾਰਗੇਟ weight loss ਹੈ ਤਾਂ ਉਸ ਦਾ ਅਕੋਰਡਿੰਗ ਦਾ ਵਰਕਆਊਟ ਪਲਾਨ ਬਣਾਇਆ ਜਾਂਦਾ ਹੈ ਜੇ ਆਪਣਾ ਮਸਲ ਬਿਲਡਿੰਗ ਦਾ ਟਾਰਗੇਟ ਹੈ ਤਾਂ ਉਹਦੇ ਅਕੋਰਡਿੰਗ ਵਰਕਆਊਟ ਪਲਾਨ ਬਣਾਉਂਦਾ ਹੈ ਦੇਖਿਆ ਕੀ ਜਾਂਦਾ ਹੈ ਕਿ ਜਿਵੇਂ ਬੱਚੇ ਜਿਮ ਜਾਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਦੋ ਕਿ ਮਹੀਨੇ ਮੈਂ ਵਰਕਆਊਟ ਕੀਤਾ ਮੇਰੀ ਬੋਡੀ ਚ ਨਹੀਂ ਉਹ ਆ ਰਿਹਾ ਰਿਜ਼ਲਟ ਨਹੀਂ ਦਿਖ ਰਿਹਾ ਤਾਂ ਫਿਰ ਉਹ ਟ੍ਰੇਨਰ ਦੀ ਗੱਲਾਂ ਦੇ ਵਿੱਚ ਆ ਜਾਂਦੇ ਆ ਫਿਰ ਟ੍ਰੇਨਰ ਉਹਨਾਂ ਨੂੰ ਜੋ ਵੀ ਦਿੰਦਾ ਉਹ ਅੱਖਾਂ ਬੰਦ ਕਰਕੇ ਲਈ ਜਾਂਦੇ ਆ 4 ਕਿ 6 ਮਹੀਨਿਆਂ ਦੇ ਵਿੱਚ ਅਸੀਂ ਦੇਖਦੇ ਆਂ ਕਿ ਬੱਚਿਆਂ ਦੀ ਪੂਰੀ ਸ਼ੇਪ ਚੇਂਜ ਹੋ ਜਾਂਦੀ ਹੈ ਔਰ ਉਹ ਲੱਗਦੇ ਵੀ ਹਾਂ ਵਾਕਈ ਬੋਡੀ ਬਿਲਡਿੰਗ ਹੋ ਗਿਆ ਬਟ ਇਹ ਨਹੀਂ ਪਤਾ ਵੀ ਅੰਦਰੋਂ ਬਿਲਕੁਲ ਖਾਲੀ ਹੁੰਦਾ ਜਾ ਰਿਹਾ ਜਿਹੜੀ ਵੀ ਸਟੀਰੋਇਡਸ ਆਪਾਂ ਲੈਨੇ ਆ ਇਦਾਂ ਦੇ ਸ਼ਾਰਟਕਟ ਮਾਰਦੇ ਆ ਉਹ ਆਪਣੇ ਨਰਵਸ ਸਿਸਟਮ ਨੂੰ ਖਤਮ ਕਰ ਦਿੰਦੇ ਆ ਦੇਖਿਆ ਜਾਂਦਾ ਕਿ ਬਹੁਤ ਸਾਰੇ ਹੈਵੀ ਬੋਡੀ ਬਿਲਡਿੰਗ ਕਰ ਲੈਂਦੇ ਆ ਬੱਚੇ ਜਿਹੜੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੀ ਫੈਮਿਲੀ ਲਾਈਫ ਬਿਲਕੁਲ ਖਤਮ ਹੋ ਜਾਂਦੀ ਹੈ ਕਿਉਂਕਿ ਨਰਵਸ ਸਿਸਟਮ ਨੂੰ ਸਭ ਤੋਂ ਪਹਿਲਾਂ ਅਟੈਕ ਕਰਦੇ ਆ ਸਟੀਰੋਇਡਸ ਤਾਂ ਮੈਂ ਇਹ ਗਾਈਡ ਕਰੂੰਗਾ ਕਿ ਤੁਸੀਂ ਬੋਡੀ ਬਿਲਡਿੰਗ ਕਰਨਾ ਚਾਹੁੰਦੇ ਹੋ ਵਰਕਆਊਟ ਕਰਨਾ ਸਟਾਰਟ ਕਰੋ ਬਟ ਇਹਦੇ ਨਾਲ ਨਾਲ ਆਪਣੀ ਸਟੱਡੀ ਨੂੰ ਇੰਪਰੂਵ ਕਰੋ ਤੁਸੀਂ ਉਸ ਚੀਜ਼ ਨੂੰ ਸਟੱਡੀ ਕਰੋ ਕਿ ਜੋ ਮੈਂ ਲੈ ਰਿਹਾ ਹਾਂ ਉਹਦਾ ਮੈਨੂੰ ਕੀ ਇਫੈਕਟ ਆਊਗਾ ਜੋ ਮੈਂ ਡਾਈਟ ਲੈ ਰਿਹਾ ਹਾਂ ਉਹਦਾ ਮੈਨੂੰ ਕੀ ਇਫੈਕਟ ਆਏਗਾ ਐਕਸਰਸਾਈਜ਼ ਦਾ ਮੈਨੂੰ ਕੀ ਇਫੈਕਟ ਆਏਗਾ ਅੱਖਾਂ ਬੰਦ ਕਰਕੇ ਕਦੇ ਵੀ ਟ੍ਰੇਨਰ ਦੇ ਪਿੱਛੇ ਨਾ ਜਾਓ ਕਿਉਂਕਿ ਮੀਡੀਆ ਦੇ ਵਿੱਚ ਆਪਾਂ ਨੂੰ ਅੱਜਕੱਲ ਇੰਨਾ ਨੌਲੇਜ ਮਿਲ ਜਾਂਦਾ ਤੁਸੀਂ ਕਿਤੇ ਵੀ ਸਰਚ ਕਰ ਲਓ ਤੁਹਾਨੂੰ ਹਰੇਕ ਚੀਜ਼ ਦਾ ਡਿਟੇਲ ਮਿਲਣਾ ਮੈਂ ਇਹੀ ਗਾਈਡ ਕਰੂੰਗਾ ਕਿ ਆਪਣਾ ਨੌਲੇਜ ਜ਼ਰੂਰ ਇੰਪਰੂਵ ਕਰੋ ਬਾਡੀ ਬਿਲਡਿੰਗ ਕਰਨ ਤੋਂ ਪਹਿਲਾਂ ਔਰ ਇੱਕ ਆਮ ਔਰ ਅੱਛੀ ਬਾਡੀ ਬਣਾਉਣ ਦੇ ਲਈ ਤੁਸੀਂ ਆ ਸਾਲ ਦੇ ਵਿੱਚ ਤੁਸੀਂ ਬਹੁਤ ਅੱਛੀ ਬੋਡੀ ਬਣਾ ਸਕਦੇ ਹੋ ਬਟ ਜੇ ਟ੍ਰੇਨਰ ਦੀਆਂ ਗੱਲਾਂ ਦੇ ਵਿੱਚ ਆ ਕੇ ਬੱਚੇ ਜਿਹੜੇ ਉਹ 3 ਮਹੀਨਿਆਂ ਚ ਵੀ ਤਿਆਰ ਹੋ ਜਾਂਦੇ ਆ 6ਾਂ ਚ ਵੀ ਤਿਆਰ ਹੋ ਜਾਂਦੇ ਆ ਬਟ ਇਟਸ ਵੈਰੀ ਰਿਸਕੀ ਔਰ ਆਪਣੀ ਲਾਈਫ ਨਾਲ ਖੇਲ ਰਹੇ ਆ ਉਹ ਆਪਣੇ ਬੱਚਿਆਂ ਦੇ ਸੁਪਨੇ ਮਾਰ ਦਿੰਦੇ ਆ ਆਪਣੇ ਪੇਰੈਂਟ ਦੇ ਸੁਪਨੇ ਮਾਰ ਦਿੰਦੇ ਆ ਸਿਰਫ ਇੱਕ ਆਊਟ ਲੁੱਕ ਬਣਾਉਣ ਦੇ ਲਈ ਸਰ ਜੇ ਡਾਈਟ ਪਲਾਨ ਦੀ ਗੱਲ ਕਰੀਏ ਤੇ ਡਾਈਟ ਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਨੇ ਮੇਨ ਜਿਹੜੀਆਂ ਅਸੀਂ ਲੈ ਸਕਦੇ ਆ ਜੇ ਚੰਗੀ ਬੋਡੀ ਬਣਾਉਣੀ ਆ ਤਾਂ ਮੇਨ ਤਾਂ ਹੁੰਦਾ ਜੀ ਪ੍ਰੋਟੀਨ ਫਾਈਬਰ ਔਰ अच्छी एक्सरसाइज और प्रोटीन ਆਪਾਂ ਨੂੰ ਆ ਪ੍ਰੋਟੀਨ ਦੇ ਬੜੇ سارے ਸਰੋਤ ਆ ਜਿਵੇਂ ਮਿਲਕ ਹੈ ਮਿਲਕ ਦੇ ਪ੍ਰੋਡਕਟ ਸਾਰੇ ਦਾਲਾਂ ਹੋ ਗਈਆਂ ਆਪਣੀਆਂ ਜਿਹੜੇ ਨਾਨ ਵੇਜ ਅਸੀਂ ਰეკਮੈਂਡ ਨਹੀਂ ਕਰਦੇ ਅਸੀਂ ਕਿਉਂਕਿ ਬੀਇੰਗ ਅ ਯੋਗ ਪ੍ਰੋਫੈਸ਼ਨਲ ਔਰ ਫਿਟਨੈਸ ਲਾਈਨ ਦੇ ਵਿੱਚ ਹੁੰਦੇ ਹੋਏ ਅਸੀਂ ਇਹੀ ਗਾਈਡ ਕਰਦੇ ਆ ਕਿ ਤੁਸੀਂ ਵੈਜੀਟੇਰੀਅਨ ਡਾਈਟ ਦੇ ਵਿੱਚ ਹੀ ਆਪਣੀ ਬੋਡੀ ਬਿਲਡਿੰਗ ਕਰੋ ਕਿਉਂਕਿ ਆਪਾਂ ਦੇਖਦੇ ਆਂ ਬੜੇ ਸਾਰੇ ਰੇਅਰ ਬੋਡੀ ਬਿਲਡਰ ਹੈ ਜਿਹੜੇ ਕਿ ਪਿਓਰ ਵੈਜ ਹੋ ਕੇ ਵੀ ਬਹੁਤ ਅੱਛੀ ਬੋਡੀ ਬਣਾਈ ਹੈ ਔਰ ਆਪਾਂ ਦੇਖਾਂਗੇ ਬੜੀ ਲੰਬੀ ਲਾਈਫ ਜੀਣੀ ਉਹਨਾਂ ਨੇ ਹਾਂਜੀ ਵੈਜੀਟੇਰੀਅਨ ਡਾਈਟ ਦੇ ਨਾਲ ਹੀ ਤੁਸੀਂ ਬੋਡੀ ਬਿਲਡਿੰਗ ਕਰ ਸਕਦੇ ਹੋ ਉਹਦੇ ਵਿੱਚ ਦਾਲਾਂ ਪਨੀਰ ਮਿਲ ਕੇ ਸਭ ਕੁਝ ਆ ਜਾਂਦਾ ਹੈ ਸਰ ਹਿਊਮਨ ਨੇਚਰ ਕਹਿ ਦਈਏ ਜੇ ਇਨਸਾਨੀ ਫਿਤਰਤ ਹੈ ਕਿ ਹਮੇਸ਼ਾ ਜਿਹੜਾ ਹੈਗਾ ਥੋੜਾ ਟਾਈਮ ਕੰਮ ਕਰਕੇ ਮਨੁੱਖ ਜਿਹੜਾ ਹੈ ਉਹ ਥੱਕ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਕੋਈ ਸ਼ਾਰਟਕਟ ਅਪਣਾਇਆ ਜਾਵੇ ਜਿਹਦੇ ਕਰਕੇ ਸਟੇਰੋਇਡ ਜਾਂ ਪ੍ਰੋਡਕਟ ਜਾਂ ਟੀਕੇ ਜਿਹੜਾ ਹੈਗਾ ਬॉयਜ਼ ਜਿਹੜਾ ਹੈ ਉਹ ਇਸਤੇਮਾਲ ਕਰਦੇ ਨੇ ਤੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਬਾਡੀ ਨੂੰ ਕਿਵੇਂ ਉਹ ਅੰਦਰੋਂ ਹਾਮ ਕਰਦੇ ਨੇ ਬਾਹਰੋਂ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ ਪਰ ਅੰਦਰੋਂ ਜਿਹੜੀ ਆ ਬਾਡੀ ਜਿਹੜੀ ਆ ਉਹ ਨਸ਼ਟ ਹੁੰਦੀ ਜਾ ਰਹੀ ਹੈ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਹਾਂਜੀ ਥੈਂਕ ਯੂ ਆਪਾਂ ਕੀ ਦੇਖਦੇ ਆ ਜਿਵੇਂ ਸਟੀਰੋਇਡ ਬੱਚੇ ਲੈਂਦੇ ਆ ਸਟੀਰੋਇਡ ਦਾ ਕੀ ਸੀਗਾ 9035 ਦੇ ਵਿੱਚ ਨਾ ਜਰਮਨੀ ਨੇ ਆਪਣੀ ਆਰਮੀ ਲਈ ਬਣਾਏ ਸੀ ڈپریشن ਨੂੰ ਦੂਰ ਕਰਨ ਲਈ ਉਸ ਤੋਂ ਬਾਅਦ ਰਸ਼ੀਆ ਨੇ ਇਹਨੂੰ ਯੂਜ਼ ਕੀਤਾ ਆਪਣੇ weight lifter ਦੇ ਲਈ ਉਸ ਤੋਂ ਬਾਅਦ ਇੱਕ ਟ੍ਰੈਂਡ ਹੀ ਬਣ ਗਿਆ ਕਿ ਜੇ ਤੁਸੀਂ ਬੋਡੀ ਬਣਾਉਣੀ ਹੈ ਤਾਂ ਸਟੀਰੋਇਡ ਜ਼ਰੂਰ ਲਓ ਬਟ ਸਟੀਰੋਇਡ ਦਾ ਕੀ ਸਿਸਟਮ ਹੁੰਦਾ ਇਹ ਹਾਰਮੋਨ ਗ੍ਰੋਥ ਹੁੰਦਾ ਆਪਾਂ ਨੂੰ ਆਊਟਸੋਰਸ ਨਾਲ ਹਾਰਮੋਨ ਦਿੱਤੇ ਜਾਂਦੇ ਆ ਦੇਖਿਓ ਕਿ ਜੰਦਾ ਮੰਨ ਲਓ ਆਪਣੀ ਗੱਡੀ ਦੀ ਪਾਵਰ ਜੇ 150 ਸੀਸੀ ਹੈ ਜ ਉਹਦੇ ਵਿੱਚ ਆਪਾਂ 500 ਸੀਸੀ ਦੀ ਪਾਵਰ ਪਾ ਕੇ ਉਸ ਤੋਂ ਕੰਮ ਲਵਾਂਗੇ ਤਾਂ ਉਹਦੇ ਇੰਜਨ ਨੇ ਉਹਦੇ ਪਾਰਟਸ ਨੇ ਕਿਤੇ ਨਾ ਕਿਤੇ ਡੈਮੇਜ ਹੋਣਾ ਹੀ ਹੋਣਾ ਹੈ ਕਿਉਂਕਿ ਪਿੱਛੋਂ ਨੂੰ ਪਾਵਰ ਜ਼ਿਆਦਾ ਮਿਲ ਰਹੀ ਹੈ ਔਰ ਉਹਦੇ ਪਾਰਟ ਜਿਹੜੇ ਆ ਉਸ ਚੀਜ਼ ਨੂੰ ਬੇਅਰ ਨਹੀਂ ਕਰ پا ਰਹੇ ਉਹਨੂੰ ਅੱਗੇ ਉਹਨਾਂ ਆਉਟਪੁੱਟ ਨਹੀਂ ਦੇ پا ਰਹੇ ਸੋ ਉਸ ਚੀਜ਼ ਦਾ ਨੁਕਸਾਨ ਮਿਲਦਾ ਉਹਦੀ ਸਪੀਡ ਜ਼ਰੂਰ ਵੱਜ ਜਾਣੀ ਹੈ ਬਟ ਇਹ ਦੇਖੋਗੇ ਕਿ ਉਹ ਡੈਮੇਜ ਹੋ ਚੁੱਕੀ ਹੈ ਸਾਰੀ ਗੱਡੀ ਇਦਾਂ ਹੀ ਹੁੰਦਾ ਕਿ ਆਰਗਨ ਜੇ ਆਪਣੇ ਆਰਗਨ ਮੰਨ ਲਓ ਇੱਕ ਆਰਗਨ ਦੇ ਵਿੱਚ ਕਿਸੇ ਜੀ ਨੂੰ 10 ਪੁਆਇੰਟ ਤੱਕ ਕੰਮ ਕਰਨ ਦੀ ਪਾਵਰ ਹੈ ਤਾਂ ਸਟੀਰੋਇਡ ਦੇ ਨਾਲ ਹਾਰਮੋਨਸ ਦੇ ਨਾਲ ਉਹ 20 ਤੱਕ 30 ਤੱਕ ਜਾਊਗੀ ਬਟ ਉਹ 10 ਦਾ ਪਾਵਰ ਹੋਣ ਦੀ ਵਜ੍ਹਾ ਨਾਲ ਅਗਰ ਉਹਨੂੰ 30 ਘਰਾਵਾਂਗੇ ਤਾਂ ਉਹ ਜਿੱਥੇ ਉਹਨੇ 6 ਮਹੀਨੇ ਚੱਲਣਾ ਉਹਨੇ 3 ਮਹੀਨੇ ਚੱਲਣਾ ਅਸਕਰ ਕੇ ਇਹ ਗਾਈਡ ਕਰਾਂਗੇ ਕਿ ਜਿੰਨਾ ਤੁਸੀਂ ਉਸ ਚੀਜ਼ ਨੂੰ ਸ਼ਾਰਟਕਟ ਮਾਰਾਉਗੇ ਜਿੰਨਾ ਤੁਸੀਂ ਜਲਦੀ ਬਾਡੀ ਬਣਾਉਣ ਦੀ ਕੋਸ਼ਿਸ਼ ਕਰੋਗੇ ਉਹਨੇ ਤੁਹਾਡੇ ਆਰਗਨ ਪਿੱਛੇ ਹੁੰਦੇ ਜਾਣਗੇ ਉਹਨੇ ਤੁਹਾਡੇ ਆਰਗਨ ਡੈਮੇਜ ਹੁੰਦੇ ਚਲੇ ਜਾਣਗੇ ਉਹ ਨਹੀਂ ਜਿਹੜੀ ਹੈ ਤੁਹਾਡੀ ਲਾਈਫ ਵੀ ਘਟਦੀ ਉਮਰ ਘਟਦੀ ਜਾਊਗੀ ਜਿਵੇਂ ਕਿ ਸਰ ਨੇ ਐਗਜ਼ਾਮਪਲ ਦਿੱਤੀ ਕਿ ਜੇ ਜਿਹੜੀ ਬਾਡੀ 6 ਮਹੀਨੇ ਵਰਕ ਕਰ ਸਕਦੀ ਉਹ ਸਟੀਰੋਇਡ ਲੈਣ ਦੇ ਕਰਕੇ 3 ਮਹੀਨੇ ਵਰਕ ਕਰੇਗੀ ਉਹ ਬਾਅਦ ਚ ਡੈਮੇਜ ਹੋਣਾ ਸ਼ੁਰੂ ਹੋ ਜੂਗੀ ਤੇ ਸਿਰ ਇਹਦੇ ਬਾਰੇ ਦੱਸੋ ਕਿ ਜਦੋਂ ਜਿਵੇਂ ਕਿ ਆਪਾਂ ਅਕਸਰ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਜਦੋਂ ਸਟੀਰੋਇਡ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਵੱਧਦਾ ਹੈ ਹਾਰ ਮ ਹਾਰਟ ਅਟੈਕ ਦੇ ਚਾਂਸਸ ਵੱਧ ਜਾਂਦੇ ਨੇ ਤੇ ਬੋਡੀ ਦੇ ਹੋਰ ਕਿਹੜੇ-ਕਿਹੜੇ ਪਾਰਟ ਤੇ ਇਫੈਕਟ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਆਪਣਾ ਹਾਰਟ ਹੀ ਆ ਜੀ ਜਦੋਂ ਆਪਾਂ ਬਲੱਡ ਸਰਕੂਲੇਸ਼ਨ ਥੋੜਾ ਫਾਸਟ ਹੋ ਜਾਣਾ ਹੈ ਹਾਰਮੋਨਸ ਨੂੰ ਐਕਸਟਰਾ ਮਿਲਣੇ ਆ ਸਭ ਤੋਂ ਜ਼ਿਆਦਾ ਹਾਰਟ ਨੂੰ ਵਰਕ ਕਰਨਾ ਪੈਣਾ ਉਹਨੂੰ ਐਕਸਟਰਾ ਵਰਕ ਕਰਨਾ ਪੈਣਾ ਜਿੱਥੇ ਉਹਨੇ ਮੰਨ ਲਓ 8 ਘੰਟੇ ਵਰਕ ਕਰਦਾ ਉਹਨੂੰ 16 ਘੰਟੇ ਵਰਕ ਕਰਨਾ ਪੈਣਾ ਉਹਨੂੰ ਡਬਲ ਪਾਵਰ ਯੂਜ਼ ਕਰਨੀ ਪੈਣੀ ਹੈ ਜੇ ਉਹਦੀ ਲਾਈਫ 80 ਸਾਲ ਦੀ ਹੈ ਤਾਂ ਉਹਨੇ 40 ਸਾਲ ਦੇ ਵਿੱਚ ਹਾਰਟ ਨੇ ਆਪਣਾ ਉਹ ਕੰਮ ਕਰ ਲੈਣਾ ਜਿੰਨਾ ਕਿ ਉਸ ਚੀਜ਼ ਨੇ ਕਰਨਾ ਹੈ ਇਸ ਕਰਕੇ ਆਪਾਂ ਦੇਖਦੇ ਆ ਕਿ ਜ਼ਿਆ ਜਿਹੜੇ ਬੋਡੀ ਬਿਲਡਰ ਉਹਦੇ ਵਿੱਚ ਰਹਿੰਦੇ ਆ ਸਹੀ ਗਾਈਡੈਂਸ ਦੇ ਵਿੱਚ ਨਹੀਂ ਆਉਂਦੇਗੇ ਮੈਕਸਿਮਮ 50 ਸਾਲ ਤੋਂ ਉੱਤੇ ਉਹ ਜਾ ਨਹੀਂ ਸਕਦੇਗੇ 40 45 ਦੇ ਵਿੱਚ ਹੀ ਉਹਨਾਂ ਦੀ ਜਾਂ 40 ਤੋਂ ਵੀ ਘੱਟ ਅਸੀਂ ਦੇਖਦੇ ਆ ਕਿ ਉਹਨਾਂ ਦੀ ਡੈਥ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਹਾਰਟ ਨੂੰ ਇਫੈਕਟ ਕਰਦਾ ਹੈ ਇਹ ਕਿਉਂਕਿ ਉਹਨੂੰ ਡਬਲ ਵਰਕ ਕਰਨਾ ਪੈਂਦਾ ਹੈ ਬਲੱਡ ਸਰਕੂਲੇਸ਼ਨ ਥੋੜਾ ਫਾਸਟ ਹੋ ਜਾਂਦਾ ਹੈ ਫਿਰ ਥੋੜਾ ਬ੍ਰੇਨ ਸੈਕੰਡ ਤੁਹਾਡੀ ਸੋਚਣ ਦੀ ਪਾਵਰ ਜਿਹੜੀ ਉਹ ਬਿਲਕੁਲ ਚਲੀ ਜਾਂਦੀ ਹੈ ਮੋਸਟਲੀ ਮੈਨੂੰ ਇਸ ਲਾਈਨ ਦੇ ਵਿੱਚ 17 ਸਾਲ ਹੋ ਗਏ ਆ ਮੈਂ ਇਹ ਦੇਖਦਾ ਕਿ ਜਿੰਨੇ ਹੈਵੀ ਬਾਡੀ ਬਿਲਡਿੰਗ ਕਰਦੇ ਆ ਮੁੰਡੇ ਉਹਨਾਂ ਦੇ ਵਿੱਚੋਂ 10% ਹੁੰਦੇਗੇ ਜਿਨ੍ਹਾਂ ਦਾ ਆਪਣੇ ਮਾਈਂਡ ਤੇ ਕੰਟਰੋਲ ਹੁੰਦਾ ਹੈ ਜਿਨ੍ਹਾਂ ਦਾ ਆਪਣੇ ਥਾਟਸ ਤੇ ਕੰਟਰੋਲ ਹੁੰਦਾ ਹੈ ਜਿਹੜੇ ਕਿ ਹਾਈਪਰ ਨਹੀਂ ਹੁੰਦੇ ਮੋਸਟਲੀ ਮੈਂ ਚੀਜ਼ਾਂ ਤੋੜਦੇ ਹੋਏ ਔਰ ਗੁੱਸਾ ਕਰਦੇ ਹੋਏ ਦੇਖਿਆ ਬਾਡੀ ਬਿਲਡਰ ਬਟ ਜਿਹੜੇ ਦੇਸੀ ਬਾਡੀ ਬਿਲਡਿੰਗ ਕਰਦੇ ਆ ਸੀ ਪਹਿਲਾਂ ਤੋਂ ਦੇਖਦੇ ਆ ਜਿਹੜੇ ਆਪਣੇ ਜਿਵੇਂ ਪਹਿਲਵਾਨ ਆ ਕੁਸ਼ਤੀ ਕਰਨ ਵਾਲੇ ਆ ਉਹਨਾਂ ਨੂੰ ਦੇਖਦੇ ਆ ਕਿ ਉਹਨਾਂ ਦੀ ਬਾਡੀ ਬਹੁਤ ਅੱਛੀ ਹੁੰਦੀ ਹੈ ਉਹਨਾਂ ਦਾ ਬੋਲਣ ਦਾ ਤਰੀਕਾ ਬੜਾ ਸਹੀ ਹੁੰਦਾ ਬੜੇ ਕਾਮ ਹੁੰਦੇ ਕਿਉਂਕਿ ਉਹਨਾਂ ਦੇ ਅੰਦਰ ਸਟੀਰੋਇਡ ਨਹੀਂ ਹੈ ਉਹਨਾਂ ਦੇ ਅ ਫਿਰ ਆਪਣੀ ਕਿਡਨੀ ਸੀ ਫੈਕਟ ਹੁੰਦੀਆਂ ਉਹਨਾਂ ਨੂੰ ਡਬਲ ਪਾਵਰ ਨਾਲ ਕੰਮ ਕਰਨਾ ਪੈਂਦਾ ਹੈ ਵਿੱਚ ਆਪਣੀ ਬਾਡੀ ਦੇ ਵਿੱਚ ਪੁਆਇਜ਼ਨ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਲੀਵਰ ਡੈਮੇਜ ਹੋ ਜਾਂਦਾ ਕਿਉਂਕਿ ਲੀਵਰ ਦੇ ਉੱਤੇ ਤੁਸੀਂ ਕਿੰਨਾ ਕੁ ਪ੍ਰੈਸ਼ਰ ਪਾਈ ਜਾਉਂਗੇ ਐਕਸਟਰਾ ਓਵਰ ਜੇ ਤੁਸੀਂ ਸਟੀਰੋਇਡ ਲੈਨੇ ਹੋ ਤੁਸੀਂ ਆਪਣੀ ਡਾਈਟ ਵੀ ਡਬਲ ਕਰਦੇ ਨੇ ਹੋ ਟ੍ਰਿਪਲ ਕਰਦੇ ਨੇ ਤੁਹਾਡੇ ਆਰਗਨਸ ਕੋਲੋਂ ਉਹ ਬੇਅਰ ਕਰਨਾ ਮੁਸ਼ਕਿਲ ਹੋ ਜਾਂਦਾ ਫਿਰ ਤੁਹਾਨੂੰ ਸੁਸਤੀ ਰਹਿਣ ਲੱਗ ਜਾਂਦੀ ਹੈ ਤੁਸੀਂ ਲੇਥਾਰਜੀ ਗ੍ਰਹਿਨੇ ਹੋ ਤੁਹਾਡਾ ਕ੍ਰੀਏਟੀਵਿਟੀ ਸਲੋ ਹੋ ਜਾਂਦੀ ਹੈ ਦੇਖਣ ਤੁਹਾਡੀ ਬਾਡੀ ਬਹੁਤ ਵਧੀਆ ਹੋ ਗਈ ਬਹੁਤ ਵੱਡਾ ਸਾਈਜ਼ ਬਣ ਗਿਆ ਬਾਡੀ ਦਾ ਬਟ ਤੁਸੀਂ એનર્ਜੀਟਿਕ ਨਹੀਂ ਰਹਿੰਦੇ ਤੁਸੀਂ ਕ੍ਰੀਏਟਿਵ ਨਹੀਂ ਰਹਿੰਦੇਗੇ ਇਹ ਚੀਜ਼ਾਂ ਮੈਂ ਦੇਖੀਆਂ ਹੈ ਬੋਡੀ ਬਿਲਡਿੰਗ ਦੇ ਵਿੱਚ ਸੋ ਬਿਲਕੁਲ ਇੱਥੇ ਸਰ ਨੇ ਦੱਸਿਆ ਕਿ ਜੇਕਰ ਅਸੀਂ ਸਟੀਰੋਇਡਸ ਲੈਨੇ ਆ ਤਾਂ ਉਹਦੇ ਨਾਲ ਬੋਡੀ ਤੇ ਇਫੈਕਟ ਹੁੰਦਾ ਅੰਦਰਲੇ ਪਾਰਟਸ ਨਹੀਂ ਤੇ ਸਾਡੇ ਬ੍ਰੇਨ ਦੇ ਉੱਤੇ ਵੀ ਇਫੈਕਟ ਹੁੰਦਾ ਆ ਜਿਹੜੇ ਵਿਅਕਤੀ ਜਿਹੜੇ ਹੈ ਟੀਕੇ ਲੈਂਦੇ ਨੇ ਜਿਹੜੇ ਮੁੰਡੇ ਉਹਨਾਂ ਦੇ ਵਿੱਚ ਅਗਰੈਸ਼ਨ ਜ਼ਿਆਦਾ ਆ ਜਾਂਦਾ ਹੈ ਮੂਡ ਸਵਿੰਗਸ ਹੁੰਦੇ ਨੇ ਉਹਨਾਂ ਦੇ ਬਹੁਤ ਸਾਰੀਆਂ ਪ੍ਰੋਬਲਮਸ ਹੋਰ ਵੀ ਹੁੰਦੀਆਂ ਨੇ ਇੱਥੇ ਗੱਲਬਾਤ ਕਰਾਂਗੇ ਕਿ ਸਰ ਜਿਹੜੇ ਆਲਰੇਡੀ ਜਿਹੜਾ ਹੈਗਾ ਮੁੰਡੇ ਸਟੀਰੋਇਡਸ ਲੈ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਦੇ ਇਫੈਕਟ ਸਟੀਰੋਇਡ ਲੈਣ ਦੇ ਇਫੈਕਟ ਹੋ ਸਕਦੇ ਨੇ ਤੇ ਉਹ ਕਿਸ ਤਰੀਕੇ ਉਸ ਚੀਜ਼ ਤੋਂ ਜਿਹੜਾ ਹੈਗਾ ਕਿਉਂਕਿ ਨੇਚਰਲ ਚੀਜ਼ ਹੈ ਕਿ ਅਗਰ ਕੋਈ ਅਸੀਂ ਪ੍ਰੋਡਕਟ ਲੈਨੇ ਆ ਤਾਂ ਅਸੀਂ ਉਹਨੂੰ ਜੱਕਦਮ ਜਿਹੜਾ ਨਹੀਂ ਛੱਡ ਸਕਦੇ ਜਾਂ ਕਿਸ ਤਰੀਕੇ ਦੇ ਨਾਲ ਉਹਨੂੰ ਘਟਾਉਣਾ ਚਾਹੀਦਾ ਹੈ ਜਾਂ ਉਸ ਨੂੰ ਲੈਣਾ ਜਿਹੜਾ ਹੈਗਾ ਖਤਮ ਕਰਨਾ ਚਾਹੀਦਾ ਜਿਹੜੇ ਆਲਰੇਡੀ ਲੈ ਰਹੇ ਨੇ ਥੈਂਕ ਯੂ ਮੈਂ ਇਹ ਕਹਿਣਾ ਚਾਹੁੰਗਾ ਕਿ ਅਜੇ ਵੀ ਜੇ ਤੁਸੀਂ ਸਟੀਰੋਇਡ ਲੈ ਰਹੇ ਹੋ ਤੁਸੀਂ ਕਿਸੇ ਵਾਟਰ ਟ੍ਰੇਨਰ ਦੀਆਂ ਗਲਤ ਗੱਲਾਂ ਦੇ ਵਿੱਚ ਆ ਚੁੱਕੇ ਹੋ ਤਾਂ ਅੱਜ ਹੀ ਆਪਣੇ ਟ੍ਰੇਨਰ ਨੂੰ ਮਿਲੋ ਉਹਨੂੰ ਕੋ ਮੈਨੂੰ ਇੱਕ ਐਫੀਡੇਵਿਟ ਬਣਾ ਕੇ ਦੇ ਉਹਦੇ ਉੱਤੇ ਮੈਂਸ਼ਨ ਕਰ ਵੀ ਮੈਨੂੰ ਆ ਚੀਜ਼ਾਂ ਤੂੰ ਦੇ ਰਿਹਾ ਹੈਂ ਔਰ ਇਹਨਾਂ ਚੀਜ਼ਾਂ ਦਾ ਆ ਰਿਜ਼ਲਟ ਆਊਗਾ ਮੈਨੂੰ ਇੰਨੇ ਟਾਈਮ ਚ ਆ ਰਿਜ਼ਲਟ ਮਿਲਣਾ ਹੈ ਇਸ ਚੀਜ਼ ਦਾ ਨੁਕਸਾਨ ਹੋਊਗਾ ਤਾਂ ਉਹਨੂੰ ਕਿਸ ਤਰ੍ਹਾਂ ਮੈਂ ਕਵਰ ਅਪ ਕਰਨਾ ਹੈ ਜੇ ਉਸ ਟ੍ਰੇਨਰ ਨੂੰ ਤੁਹਾਡੇ ਨੂੰ ਨਹੀਂ ਪਤਾ ਨਾ ਤਾਂ ਪਲੀਜ਼ ਉਹਨੂੰ ਅੱਜ ਹੀ ਛੱਡ ਦਿਓ ਅੱਜ ਹੀ ਉਸ ਚੀਜ਼ਾਂ ਨੂੰ ਬੰਦ ਕਰ ਦਿਓ ਔਰ ਆਪਣੀ ਫੈਮਲੀ ਨੂੰ ਦੇਖੋ ਆਪਣੀ ਲਾਈਫ ਨੂੰ ਦੇਖੋ ਤੁਸੀਂ ਆਪਣੀ ਫੈਮਲੀ ਦੇ ਸੁਪਨਿਆਂ ਨੂੰ ਨਾ ਤੋੜੋ ਕਿਉਂਕਿ ਇੱਕ ਐਫੀਡੇਵਿਟ ਜਦੋਂ ਤੁਸੀਂ ਜਿਮ ਜੁਆਇਨ ਕਰਨਾ ਹੈ ਐਫੀਡੇਵਿਟ ਜ਼ਰੂਰ ਬਣਵਾਓ ਟ੍ਰੇਨਰ ਦੇ ਕੋਲੋਂ ਰਿਟਨ ਦੇ ਵਿੱਚ ਲੈ ਕੇ ਆਓ ਕਿ ਜੇ ਤੂੰ ਮੈਨੂੰ ਇਹ ਚੀਜ਼ ਦੇ ਰਿਹਾ ਤਾਂ ਇਹ ਇਹਦੇ ਕੀ ਰਿਜ਼ਲਟ ਆਉਣੇ ਹੈ ਇਹਨੀ ਵੇਖ ਕੇ ਮੰਨ ਕੇ ਤੁਸੀਂ ਯੂਜ਼ ਕਰਨਾ ਸ਼ੁਰੂ ਕਰਤਾ ਕੋਈ ਗੱਲ ਨਹੀਂ ਉਹ ਟ੍ਰੇਨਰ ਨਹੀਂ ਕਰਾਵੋ ਕੋਈ ਹੋਰ ਕਰਾ ਦੂਗਾ ਬਟ ਕੁਆਲੀਫਿਕੇਸ਼ਨ ਨੂੰ ਦੇਖ ਕੇ ਔਰ ਇੱਕ ਰਿਟਰਨ ਗਾਰੰਟੀ ਲੈ ਕੇ ਹੀ ਤੁਸੀਂ ਉਹ ਚੀਜ਼ਾਂ ਯੂਜ਼ ਕਰੋ ਔਰ ਉਹਨੂੰ ਵਾਸ਼ ਆਊਟ ਕਰਨ ਦਾ ਢੰਗ ਪਹਿਲਾਂ ਪੁੱਛੋ ਉਸ ਕੋਲ ਉਸ ਤੋਂ ਬਾਅਦ ਤੁਸੀਂ ਉਹਨੂੰ ਸਟਾਰਟ ਕਰੋ ਜੀ ਤੇ ਸਰ ਜਿਵੇਂ ਕਿ ਪ੍ਰੋਟੀਨ ਵਗੈਰਾ ਲੈਂਦੇ ਨੇ ਲੋਕ ਜਿਹੜਾ ਹੈਗਾ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਜਿਹੜਾ ਹੈਗਾ ਬੋਡੀ ਨੂੰ ਹਾਰਮੋਨਸ ਦੇਣ ਦੀ ਕੋਸ਼ਿਸ਼ ਕਰਦੇ ਨੇ ਕੋਈ ਜਿਹੜਾ ਹੈਗਾ ਪ੍ਰੋਡਕਟ ਵੀ ਆਪਾਂ ਯੂਜ਼ ਕਰਦੇ ਜਾਂ ਪ੍ਰੋਟੀਨ ਲੈਂਦੇ ਨਾ ਉਹਨੂੰ ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਜੋ ਕਿ ਸਾਡੀ ਬੋਡੀ ਨੂੰ ਹਾਰਮ ਨਾ ਕਰੇ ਪ੍ਰੋਟੀਨ ਲੈਣਾ ਕੋਈ ਗਲਤ ਨਹੀਂ ਹੈ ਵਧੀਆ ਬ੍ਰਾਂਡ ਦੇ ਅੱਜਕੱਲ ਬਹੁਤ ਅੱਛੇ ਪ੍ਰੋਟੀਨਸ ਹੁੰਦੇ ਆ ਤੁਸੀਂ ਪ੍ਰੋਟੀਨ ਲੈ ਸਕਦੇ ਹੋ মালਟੀ ਵਿਟਾਮਿਨ ਲੈ ਸਕਦੇ ਹੋ ਵਧੀਆ ਕਿਉਂਕਿ ਨਾਰਮਲੀ ਕੀ ਦੇਖਿਆ ਜਾਂਦਾ ਹੈ ਕਈ ਵਾਰੀ ਉਸ ਤਰ੍ਹਾਂ ਦੀ ਡਾਈਟ ਆਪਣੇ ਕੋਲ ਨਹੀਂ ਮੈਨੇਜ ਹੋ ਪਾਂਦੀ ਉਹਨੀਆਂ ਚੀਜ਼ਾਂ ਇਕੱਠੀਆਂ ਕਰਕੇ ਜਿੰਨਾ ਪ੍ਰੋਟੀਨ ਆਪਣੀ ਰਿਕੁਆਇਰਮੈਂਟ ਹੈ ਨਹੀਂ ਮਿਲ ਪਉਂਦਾ ਪ੍ਰੋਟੀਨ ਤੇ মালਟੀ ਵਿਟਾਮਿਨ ਨੂੰ ਮੈਂ ਰეკਮੈਂਡ ਕਰਦਾ ਕਿ ਉਹਨੂੰ ਤੁਸੀਂ ਇੱਕ ਸਹੀ ਰੇਸ਼ਿਓ ਦੇ ਵਿੱਚ ਲੈਂਦੇ ਰਹੋ ਵਧੀਆ ਵਰਕਆਊਟ ਕਰੋ ਪ੍ਰੋਪਰ ਨੀਂਦ ਹੋਣੀ ਚਾਹੀਦੀ ਹੈ ਤੁਹਾਡੀ ਪ੍ਰੋਟੀਨ ਤੁਹਾਨੂੰ ਜ਼ਰੂਰ ਲੈਣੇ ਚਾਹੀਦਾ ਕਿਉਂਕਿ ਤੁਸੀਂ ਬਾਡੀ ਬਿਲਡਿੰਗ ਕਰ ਰਹੇ ਹੋ ਬਟ ਉਸ ਤੋਂ ਇਲਾ ਐਡ-ਆਨ ਕਰਦੇ ਹੋ ਚੀਜ਼ਾਂ ਸਟੀਰੋਇਡਸ ਵਗੈਰਾ ਲੈਣੇ ਸ਼ੁਰੂ ਕਰਦੇ ਹੋ ਨਾਲ ਉਹ ਚੀਜ਼ਾਂ ਨੁਕਸਾਨ ਕਰਦੀਆਂ ਉਹਦੇ ਸਾਈਕਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਬਾਡੀ ਦੇ ਵਿੱਚੋਂ ਇਨ ਕਰਨਾ ਕਿੱਦਾਂ ਆਊਟ ਕਰਨਾ ਸਰ ਇੱਕ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਮੋਸਟਲੀ ਜਿਹੜਾ ਹੈਗਾ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਹੈ ਬਾਡੀ ਦੇ ਵਿੱਚ ਤਾਂ ਉਹ ਜਿਹੜਾ ਬਾਡੀ ਜਿਹੜੀ ਹੈ ਖੁਰਾਕ ਆਪਣੀ ਜਿਹੜੀ ਹੈਗੇ ਨੀਡ ਦੇ ਅਕੋਰਡਿੰਗ ਹੀ ਲੈ ਪਾਉਂਦੀ ਹੈ ਬਟ ਕਈ ਵਾਰੀ ਜ਼ਿਆਦਾ ਖੁਰਾਕ ਲਈ ਜਾਂਦੀ ਹੈ ਨੌਜਵਾਨਾਂ ਵੱਲੋਂ ਤੇ ਉਹ ਵੀ ਸਾਈਡ ਇਫੈਕਟ ਕਰਦੀ ਹੈ ਸੋ ਉਹ ਦੱਸੋ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਬਾਡੀ ਵੀਕ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਖੁਰਾਕ ਲੈਣੀ ਚਾਹੀਦੀ ਹੈ ਤੇ ਕਿੰਨੀ ਮਾਤਰਾ ਦੇ ਵਿੱਚ ਲੈਣੀ ਚਾਹੀਦੀ ਹੈ ਹਾਂਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਇਹ ਮੈਂ ਗਾਈਡ ਕਰੂੰਗਾ ਤੁਹਾਨੂੰ ਕਿ ਜਦੋਂ ਤੁਸੀਂ ਜਿਮ ਜੁਆਇਨ ਕਰਦੇ ਹੋ ਫਸਟ ਆਫ ਆਲ ਗੋ ਫੋਰ ਬਲੱਡ ਟੈਸਟ ਬਲੱਡ ਟੈਸਟ ਕਰਾਓ ਆਪਣੇ ਸਾਰੇ ਦੇਖੋ ਤੁਹਾਡਾ ਵਿਟਾਮਿਨ ਡੀ ਕਿੰਨਾ ਹੈ ਕਿਸ ਤਰ੍ਹਾਂ ਦਾ ਲੈਵਲ ਚੱਲ ਰਿਹਾ ਹੈ ਕੋਲੇਸਟ੍ਰੋਲ ਤਾਂ ਨਹੀਂ ਹਾਈ ਸਾਰੀਆਂ ਚੀਜ਼ਾਂ ਚੈੱਕ ਕਰਾਉਣ ਤੋਂ ਬਾਅਦ ਆਪਣੀ ਰਿਪੋਰਟ ਸਟ੍ਰੇਨਰ ਨੂੰ ਦਿਖਾਓ ਡਾਕਟਰ ਨਾਲ ਗੱਲ ਕਰਕੇ ਉਸ ਤੋਂ ਬਾਅਦ ਤੁਸੀਂ ਉਸ ਦੇ ਚੀਜ਼ ਦੇ ਵਿੱਚ ਜਾਓ ਫਿਰ ਤੁਸੀਂ ਉਸ ਦੇ ਗਾਈਡੈਂਸ ਦੇ ਵਿੱਚ ਪ੍ਰੋਪਰ ਡਾਈਟ ਲੋ ਇਹ ਨਾਵੇਂ ਤੁਹਾਡੀ ਬੋਡੀ ਦੇ ਵਿੱਚ ਕੋਲੇਸਟ੍ਰੋਲ ਆਲਰੇਡੀ ਜ਼ਿਆਦਾ ਹੈ ਔਰ ਤੁਸੀਂ ਹੈਵੀ ਕਾਰਬਸ ਹੈਵੀ ਫੈਟ ਵਾਲੀ ਚੀਜ਼ਾਂ ਲੈਣੀ ਸ਼ੁਰੂ ਕਰ ਦੋ ਫਿਰ ਤੁਹਾਡਾ ਸਟੈਮੀਨਾ ਗੇਨ ਹੋਣ ਦੀ ਜਗ੍ਹਾ ਲੋ ਹੋਣਾ ਸ਼ੁਰੂ ਹੋ ਜਾਣਾ ਹੈ ਹਾਲਾਂਕਿ ਵਰਕਆਊਟ ਇਫੈਕਟ ਕਰਦਾ ਹੈ ਕਿ ਆਪਣੇ ਕੋਲੇਸਟ੍ਰੋਲ ਲੈਵਲ ਨਾਰਮਲ ਹੋ ਯੂਰਿਕ ਐਸਿਡ ਆਪਣਾ ਵਧਿਆ ਹੋਇਆ ਆ। ਆਲਰੇਡੀ ਆਪਾਂ ਕਿਸੇ ਤਰ੍ਹਾਂ ਦਾ ਹੈਲਥ ਇਸ਼ੂ ਫੇਸ ਕਰ ਰਹੇ ਆਂ ਔਰ ਉਸ ਤੋਂ ਬਾਅਦ ਆਪਾਂ ਬੋਡੀ ਬਿਲਡਿੰਗ ਸਟਾਰਟ ਕਰ ਦਿੰਨੇ ਆਂ ਜਾਂ ਆਪਾਂ ਹੈਵੀ ਡਾਈਟ ਲੈਣਾ ਸ਼ੁਰੂ ਕਰਦੇ ਆਂ ਤਾਂ ਉਹਦੇ ਰਿਜ਼ਲਟ ਕਦੇ ਵੀ ਪੋਜ਼ਿਟਿਵ ਨਹੀਂ ਆਉਣਗੇ। ਤੁਸੀਂ ਲੇਥਾਰਜੀਕ ਫੀਲ ਕਰਨਾ ਸ਼ੁਰੂ ਕਰੋਗੇ, ਤੁਹਾਡੇ ਕਿਤੇ ਨਾ ਕਿਤੇ ਇੰਜਰੀ ਹੋ ਜਾਣੀ ਹੈ, ਪੇਨ ਹੋ ਜਾਣੇ ਆ। ਤੋ ਫਸਟ ਆਫ ਆਲ ਆਪਣਾ ਬਲੱਡ ਟੈਸਟ ਕਰਾਓ। ਡਾਕਟਰ ਨਾਲ ਗੱਲ ਕਰੋ, ਫਿਰ ਟ੍ਰੇਨਰ ਨੂੰ ਉਹ ਦਿਖਾਓ ਆਪਣਾ ਡਿਟੇਲ। ਉਸ ਤੋਂ ਬਾਅਦ ਤੁਸੀਂ ਉਹਨੂੰ ਜਿਮਿੰਗ ਸਟਾਰਟ ਕਰੋ ਆਪਣਾ। ਸਰ ਇਹ ਤੇ ਮੁੰਡਿਆਂ ਦੀ ਗੱਲ ਹੋ ਗਈ ਅਸੀਂ ਕੁੜੀਆਂ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਹਮੇਸ਼ਾ ਹੁੰਦਾ ਵੀ ਅਸੀਂ weight lose ਕਰੀਏ ਹਨਾ ਫਿੱਟ ਰਹੀਏ ਜਾਂ ਜ਼ੀਰੋ ਫਿਗਰ ਦੀ ਬਹੁਤ ਜ਼ਿਆਦਾ क्रेਜ਼ ਹੁੰਦਾ ਤੇ ਉਹਦੇ ਚੱਕਰ ਦੇ ਵਿੱਚ ਉਹ ਟੀਕੇ ਵਗੈਰਾ ਉਹ ਵੀ ਲੈਂਦੇ ਨੇ ਇੰਜੈਕਸ਼ਨ ਲੈਂਦੇ ਨੇ ਮੈਡੀਸਿਨਸ ਲੈਂਦੇ ਨੇ ਤੇ ਉਹਦੇ ਬਾਰੇ ਤੁਸੀਂ ਕਿਵੇਂ ਗਾਈਡ ਕਰੋਗੇ ਹਾਂਜੀ ਥੈਂਕ ਯੂ ਆ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਮੈਂ ਇਹ ਦੇਖ ਰਿਹਾ ਮੋਸਟਲੀ ਕਿ ਬੱਚੇ ਜਿਹੜੇ ਐ ਗਰਲਜ਼ ਐ ਮੁਸਲੀ ਜਦੋਂ ਆਪਣੀ ਮੈਰੀਜੇਬਲ ਏਜ ਆਉਂਦੀ ਹੈ ਤਾਂ ਉਹਨਾਂ ਨੂੰ ਹੁੰਦਾ ਵੀ ਮੈਂ ਜਲਦੀ ਜਲਦੀ ਸਲਿਮ ਹੋ ਜਾਵਾਂ ਔਰ ਮੈਰੀਆਂ ਮੇਰੇ ਸਹੁਰਿਆਂ ਨੇ ਕੀ ਕਹਣਾ ਲਾਈਕ ਵੀ ਮੈਂ ਫਿਟ ਹੋਣਾ ਮੈਨੂੰ ਫਿਟ ਹੋਣਾ ਚਾਹੀਦਾ ਮੇਰੀ ਆਊਟ ਲੁੱਕ ਵਧੀਆ ਹੋਣੀ ਚਾਹੀਦੀ ਹੈ ਫਿਰ ਇਦਾਂ ਦੇ ਬੱਚੇ ਜਿਹੜੇ ਆਉਂਦੇ ਨਾ ਫਿਰ ਉਹਨਾਂ ਨੂੰ ਟ੍ਰੇਨਰ ਭਾਲਦੇ ਰਹਿੰਦੇ ਐ ਇਦਾਂ ਦੇ ਟ੍ਰੇਨਰ ਨੂੰ ਇਦਾਂ ਦਾ ਬੱਚਾ ਮਿਲਦਾ ਤਾਂ ਉਹਦੇ ਕੋਲ ਜੇ ਦੂਜੇ ਦੇ ਕੋਲ ਉਹਨੇ 2000 ਲੈਣਾ ਤਾਂ ਉਹਦੇ ਕੋਲ 5 ਲੈਣਾ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਦੇ ਦੇ ਦੇਣੀਆਂ ਸ਼ਾਰਟਕਟ ਵਾਲੀਆਂ ਜਿਨ੍ਹਾਂ ਨਾਲ ਕੀ ਉਹਦਾ weight loss ਹੋਣਾ ਹੈ ਉਹਦੀ shape ਵੀ ਵਧੀਆ ਹੋਣੀ ਹੈ ਬਟ ਆਫਟਰ ਥੈ ਜੌਇੰਟਸ ਉਹਨਾਂ ਦੇ ਸਾਰੇ ਖਰਾਬ ਹੋ ਜਾਂਦੇ ਆ ਇਦਾਂ ਦੇ ਨੁਕਸਾਨ ਹੁੰਦੇ ਬਟ ਮੈਂ ਇਹੀ ਗਾਈਡ ਕਰੂੰਗਾ ਫਸਟ ਆਫ ਆਲ ਬਲੱਡ ਟੈਸਟ ਫਿਰ ਆਪਣੇ ਟ੍ਰੇਨਰ ਨਾਲ ਦਾ ਪੂਰਾ ਡਿਟੇਲ ਲੈ ਕੇ ਉਹਦੇ ਕੋਲੋਂ ਪੁੱਛ ਕੇ ਹੀ ਤੁਸੀਂ ਵਰਕਆਊਟ ਸ਼ੁਰੂ ਕਰਨਾ ਹੈ ਫੀਮੇਲਸ ਨੂੰ ਜ਼ਿਆਦਾ ਯੋਗਾ ਜਾਂ ਜਿੰਨੀਆਂ ਵੀ ਸਟ੍ਰੈਚਿੰਗ ਵਰਕਆਊਟ ਹੈ ਜਾਂ ਲਾਈਟ ਵੇਟ ਟ੍ਰੇਨਿੰਗ ਹੈ ਜਾਂ ਉਹਨਾਂ ਨੂੰ ਕਾਰਡੀਓ ਇਦਾਂ ਦੀ ਵਰਕਆਊਟ ਦੇ ਵਿੱਚ ਜਾਣਾ ਚਾਹੀਦਾ ਜੇ ਤੁਸੀਂ ਹੈਵੀ ਬਾਡੀ ਬਿਲਡਿੰਗ ਵੀ ਕਰਦੇ ਹੋ ਡਾਈਟ ਵਧੀਆ ਲੈਣੀ ਚਾਹੀਦੀ ਹੈ ਪ੍ਰੋਟੀਨ ਲੈ ਸਕਦੇ ਹੋ ਮਲਟੀਵਿਟਾਮਿਨ ਤੁਸੀਂ ਲੈ ਸਕਦੇ ਹੋ ਬਟ ਟ੍ਰੇਨਰ ਦੀ ਗਾਈਡੈਂਸ ਦੇ ਵਿੱਚ ਟ੍ਰੇਨਰ ਦੇ ਨੋਲੇਜ ਦੇ ਵਿੱਚ ਲੈਣਾ ਹੈ ਹਮੇ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਤੇ ਸਰ ਜਦੋਂ ਆਪਾਂ ਬੋਡੀ ਬਿਲਡਿੰਗ ਦੀ ਜਾਂ weight lose ਕਰਨ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਆਪਣੇ ਪੇਰੈਂਟਸ ਦਾ ਵੀ ਰੋਲ ਹੁੰਦਾ ਹੈ ਤੇ ਪੇਰੈਂਟਸ ਦੇ ਵਿੱਚ ਘੱਟ ਅਵੇਅਰਨੈਸ ਹੋਣ ਦੇ ਕਰਕੇ ਬੱਚੇ ਵੀ ਜਿਹੜੇ ਉਹ ਪ੍ਰੋਡਕਟ ਲੈਂਦੇ ਰਹਿੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਸੋ ਇਹ ਮਸਟ ਹੈ ਕਿ ਪੇਰੈਂਟਸ ਨੂੰ ਵੀ ਉਸ ਚੀਜ਼ ਦੀ ਨੋਲਜ ਹੋਣੀ ਚਾਹੀਦੀ ਐ ਸੋ ਤੁਸੀਂ ਕੋਈ ਪੇਰੈਂਟਸ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਥੈਂਕ ਯੂ ਪੇਰੈਂਟਸ ਨੂੰ ਇਹ ਹੀ ਮੈਸੇਜ ਹੈ ਕਿ ਜਦੋਂ ਤੁਸੀਂ ਬੱਚਾ ਤੁਹਾਡਾ ਜੁਆਇਨ ਕਰਨ ਜਾ ਰਿਹਾ ਹੈ ਲਾਈਕ ਅਗਰ ਉਹ 20 ਸਾਲ ਤੱਕ ਦਾ ਹੈਗਾ ਉਹਦਾ weight ਜ਼ਿਆਦਾ ਹੈ ਤਾਂ ਤੁਹਾਡੀ ਗਾਈਡੈਂਸ ਦੀ ਤੁਹਾਡੇ ਕੌਨਫੀਡੈਂਸ ਦੀ ਜ਼ਰੂਰਤ ਹੈ ਉਹ ਬੱਚੇ ਨੂੰ ਇੰਨੇ ਕੌਨਫੀਡੈਂਸ ਰੱਖੋ ਕੋਈ ਗੱਲ ਨਹੀਂ ਜਿੱਥੇ ਤੱਕ 3 ਮਹੀਨੇ ਚ ਹੋਣਾ ਆਪਾਂ 6 ਮਹੀਨਿਆਂ ਦੇ ਵਿੱਚ ਕਰ ਲਾਂਗੇ ਬਟ ਵਧੀਆ ਰਿਜ਼ਲਟ ਹੋਣਾ ਚਾਹੀਦਾ ਹੈ ਉਹਦੇ ਨਾਲ ਜਾਓ ਉੱਥੇ ਜਾ ਕੇ ਉਹਨੂੰ ਦੇਖੋ ਤੁਸੀਂ ਕਿਉਂਕਿ ਤੁਹਾਡਾ ਲਾਈਫ ਐਕਸਪੀਰੀਅੰਸ ਜ਼ਿਆਦਾ ਹੈ ਤੁਸੀਂ ਉਹ ਟ੍ਰੇਨਰ ਨਾਲ ਗੱਲ ਕਰੋ ਉਸ ਜਿੰਨ ਦਾ ਸਰਟੀਫਿਕੇਸ਼ਨ ਦੇਖੋ ਉੱਥੇ ਕੀ ਚੀਜ਼ ਹੈ ਔਰ ਬੇਸ਼ੱਕ ਪਹਿਲਾਂ ਤੁਸੀਂ ਆਪਣੇ ਮੋਬਾਈਲ ਤੇ ਘਰੇ ਨੈਟ ਤੇ ਸਰਚ ਕਰੋਗੇ weight loss ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਇਹ ਸਾਡੇ ਬੱਚੇ ਦਾ weight ਹੈ ਇੰਨਾ ਹੈ ਕਿੰਨਾ weight ਆਈਡੀਅਲ ਹੋਣਾ ਚਾਹੀਦਾ ਇਹ ਚੀਜ਼ਾਂ ਜਾ ਕੇ ਉਹਦੇ ਕੋਲ ਪੁੱਛੋ ਤੁਸੀਂ ਟ੍ਰੇਨਰ ਕੋਲ ਜੇ ਤੁਸੀਂ ਖੁਦ ਨੌਲੇਜ ਲੈ ਕੇ ਜਾਓਗੇ ਤੁਸੀਂ ਵਧੀਆ ਹਣ ਸਵਾਲ ਪੁੱਛੋਗੇ ਤੁਹਾਨੂੰ ਐਟਲੀਸਟ ਪਤਾ ਲੱਗ ਜਾਊਗਾ ਕਿ ਜਿਹੜੇ ਬੰਦੇ ਕੋਲੇ ਆਪਾਂ ਜਾ ਰਹੇ ਆ ਆਪਣੇ ਬੱਚੇ ਨੂੰ ਆਪਾਂ ਸੌਂਪ ਰਹੇ ਆ ਉੱਥੇ ਜਾ ਕੇ ਨਾ ਆਪਣੀ ਲਾਈਫ ਨੂੰ ਉਹਦੇ ਹਵਾਲੇ ਕਰਨ ਲੱਗੇ ਆ ਉਹਨੂੰ ਕਿੰਨਾ ਕੁ ਪਤਾ ਕਿਉਂਕਿ ਇਹ ਹੁੰਦਾ ਇੱਕ ਵਾਰੀ ਜਿਮ ਦੇ ਵਿੱਚ ਫੀਸ ਆ ਗਈ ਤੁਸੀਂ ਟ੍ਰੇਨਰ ਤੋਂ ਵੀ ਪਰਸਨਲ ਟ੍ਰੇਨਿੰਗ ਲੈ ਲਈਆਂ ਹੋ ਡਾਈਟ ਪਲਾਨ ਵੀ ਲੈ ਲਏ ਹੋ ਉਹਦਾ ਪ੍ਰੋਡਕਟਸ ਵੀ ਲੈਣਾ ਸ਼ੁਰੂ ਕਰਤੇ ਤੁਹਾਡੀ ਪੂਰੀ ਲਾਈਫ ਉਹਦੇ ਹੱਥ ਦੇ ਵਿੱਚ ਹੈ ਔਰ ਉਸ ਬੰਦੇ ਨੂੰ ਜੀ ਨੌਲੇਜ ਹੀ ਹੈ ਨਹੀਂ ਉਹ ਕਿਸੇ ਦੇ ਦਿੱਤੇ ਹੋਏ ਸਮਾਨ ਨੂੰ ਲੈ ਕੇ ਤੁਹਾਨੂੰ ਅੱਗੇ ਦੇ ਰਿਹਾ ਉਹਨੂੰ ਖੁਦ ਪਤਾ ਹੀ ਨਹੀਂ ਵੀ ਇਹਦੇ ਨਾਲ ਕੀ ਹੋਣਾ ਹੈ ਤਾਂ ਇਹ ਬਹੁਤ ਰਿਸਕੀ ਹੈ ਪੇਰੈਂਟਸ ਨੂੰ ਹਮੇਸ਼ਾ ਵੇਰ ਲੈਣਾ ਚਾਹੀਦਾ ਜਿਹੜੇ ਵੀ ਜਿਮ ਦੇ ਵਿੱਚ ਤੁਸੀਂ ਬੱਚਾ ਨੂੰ ਭੇਜਦੇ ਹੋ ਜਾਂ ਫੀਮੇਲਸ ਨੂੰ ਮੈਂ ਕਹਿੰਦਾ ਖੁਦ ਜਾਣਿਓ ਤਾਂ ਟ੍ਰੇਨਰ ਤੋਂ ਆਪਣਾ ਡਿਟੇਲ ਜ਼ਰੂਰ ਲਓ ਆਪਣੀ ਡਾਈਟ ਬਾਰੇ ਜ਼ਰੂਰ ਪੁੱਛਦੇ ਰਹੋ ਬਹੁਤ ਜ਼ਰੂਰੀ ਹੈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਹੈਲਦੀ ਜਿਹੜੀ ਹੈ ਲਾਈਫ ਦੇ ਲਈ ਹੈਲਦੀ ਬੋਡੀ ਦੇ ਲਈ ਕੋਈ ਪੰਜ ਟਿਪਸ ਦੇ ਦਿਓ ਹਾਂਜੀ ਥੈਂਕ ਯੂ ਹਾਂਜੀ ਪਹਿਲਾ ਟਿਪ ਤਾਂ ਹੈਗਾ ਕਿ ਆਪਣੀ ਨੀਂਦ ਪੂਰੀ ਕਰੋ ਜਰੂਰ ਟਾਈਮ ਨਾਲ ਸੌਣਾ ਟਾਈਮ ਨਾਲ ਉੱਠਣਾ ਔਰ ਸੈਕੰਡ ਹੈਗਾ ਕਿ ਮੋਬਾਈਲ ਦਾ ਘੱਟ ਤੋਂ ਘੱਟ ਯੂਜ਼ ਕਰੋ ਚੰਗੀਆਂ ਚੀਜ਼ਾਂ ਜਰੂਰ ਦੇਖੋ ਬਟ ਆਪਾਂ ਕੀ ਕਰਦੇ ਆ ਇੱਕ ਵੀਡੀਓ ਖੁੱਲ ਗਿਆ ਤੇ ਉਹਦੇ ਨਾਲ ਇੰਨੀਆਂ ਖੁੱਲ ਜਾਂਦੀਆਂ ਪਤਾ ਨਹੀਂ ਲੱਗਦਾ ਕਿਵੇਂ 2 ਆਵਰਸ ਨਿਕਲ ਗਏ 3 ਆਵਰਸ ਨਿਕਲ ਗਏ ਹਨਾ ਸੋ ਟੈਕਨੋਲੋਜੀ ਦਾ ਵਧੀਆ ਯੂਜ਼ ਕਰੋ ਵਧੀਆ ਨੀਂਦ ਲਓ ਤੁਹਾਡੀ ਆਪਣੇ ਖਾਣੇ ਖਾਣੇ ਤੇ ਧਿਆਨ ਰੱਖੋ ਆਰਗੈਨਿਕ ਚੀਜ਼ਾਂ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਔਰ ਮਿਲਕ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹੋ ਤਾਂ ਇਹ ਵੀ ਦੇਖੋ ਵੀ ਕਿੱਥੋਂ ਆ ਰਿਹਾ ਉਹ ਕਿਸ ਤਰ੍ਹਾਂ ਦਾ ਆਪਾਂ ਲੈ ਰਹੇ ਹਾਂ ਚੀਜ਼ਾਂ ਇਹਨਾਂ ਚੀਜ਼ਾਂ ਤੇ ਜ਼ਰੂਰ ਧਿਆਨ ਦਿਓ। ਔਰ ਕਲੀਨਿੰਗ ਦਾ ਧਿਆਨ ਰੱਖੋ ਆਪਣੀ ਸਫਾਈ ਦਾ ਧਿਆਨ ਰੱਖੋ ਆਪਣੇ ਸਰਾਊਂਡਿੰਗ ਦਾ ਧਿਆਨ ਰੱਖੋ ਤਾਂ ਕਿ ਤੁਹਾਨੂੰ ਅੱਛਾ এনवायरमेंट ਮਿਲੇ। ਔਰ ਜੇ ਤੁਸੀ ਕਿਸ ਜਿਮ ਦੇ ਵਿੱਚ ਜਾ ਰਹੇ ਹੋ ਜਿਮ ਜੁਆਇਨ ਕਰਦੇ ਹੋ ਤਾਂ ਉਹਦਾ ਡਿਟੇਲ ਲੈ ਕੇ ਉਸ ਤੋਂ ਬਾਅਦ ਤੁਸੀਂ ਉਹ ਜਿਮ ਜੁਆਇਨ ਕਰੋ। ਔਰ ਯੋਗ ਮੈਡੀਟੇਸ਼ਨ ਨੇ ਨੂੰ ਆਪਣੀ ਲਾਈਫ ਦਾ ਇੱਕ 파ਰਟ ਬਣਾਓ ਤਾਂ ਕਿ ਤੁਸੀਂ ਫਿਜ਼ੀਕਲੀ ਤੁਸੀਂ ਜੇ ਰਿਲੈਕਸ ਨਹੀਂ ਅਗਰ ਤੁਸੀਂ ਮੈਂਟਲੀ ਰਿਲੈਕਸ ਹੋ ਨਾ ਤਾਂ ਤੁਹਾਨੂੰ ਲਾਈਫ ਬਹੁਤ ਵਧੀਆ ਲੱਗਦੀ ਹੈ ਪੈਸਾ ਇੱਕ ਟਾਈਮ ਘਟਦਾ ਹੈ ਪਰ ਤੁਸੀਂ ਮਾਈਂਡ ਤੇ ਕੰਟਰੋਲ ਹੈ ਤੁਹਾਡੇ ਥਾਟਸ ਤੇ ਕੰਟਰੋਲ ਹੈ ਤੁਹਾਨੂੰ ਪੈਸੇ ਦੀ ਵੈਲਿਊ ਦਾ ਨਹੀਂ ਪਤਾ ਲੱਗਣਾ ਤੁਹਾਨੂੰ ਇਹ ਲੱਗਣਾ ਯਾਰ ਲਾਈਫ ਤਾਂ ਆਪਣੇ ਆਪ ਚ ਖੁਸ਼ ਰਹਿਣ ਦੇ ਵਿੱਚ ਵਧੀਆ ਲਾਈਫ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣਾ 파ਰਟ ਬਣਾਓ ਪ੍ਰਾਣਾਯਾਮ ਕਰੋ ਯੋਗਾ ਕਰੋ ਮੈਡੀਟੇਸ਼ਨ ਕਰੋ ਆਰਗੈਨਿਕ ਫੂਡ ਲਓ ਪ੍ਰੋਪਰ ਨੀਂਦ ਲਓ ਤੁਹਾਡੀ ਔਰ ਮੋਬਾਈਲਸ ਦਾ ਘੱਟ ਤੋਂ ਘੱਟ ਯੂਜ਼ ਕਰੋ ਕੁਛ ਹੋਰ ਤੇ ਸਰ ਇੱਕ ਹੋਰ ਤੁਸੀਂ ਜਾਂਦੇ ਜਾਂਦੇ ਸਾਨੂੰ ਟਿਪ ਦਿਓ ਕਿ ਜਿਹਨਾਂ ਬੱਚਿਆਂ ਨੇ ਬੋਡੀ ਬਿਲਡਿੰਗ ਸ਼ੁਰੂ ਕਰਨੀ ਹੈ ਜਾਂ ਬੋਡੀ ਇਨਕਰੀਜ਼ ਕਰਨੀ ਹੈ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਜਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਉਹ ਹੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਪਿਆ ਇਸ ਬਾਰੇ ਕਿ ਪਹਿਲਾਂ ਤੁਸੀਂ ਆਪਣਾ ਬੋਡੀ ਦਾ ਡਿਟੇਲ ਲਓ ਆਪਣਾ ਬਲੱਡ ਟੈਸਟ ਕਰਾਓ ਆਪਣੇ ਡਾਕਟਰ ਨੂੰ ਆਪਣੇ ਫੈਮਿਲੀ ਡਾਕਟਰ ਨਾਲ ਡਿਸਕਸ ਕਰਕੇ ਕਿ ਮੈਂ ਬੋਡੀ ਬਿਲਡਿੰਗ ਸ਼ੁਰੂ ਕਰਨੀ ਹੈ ਵੀ ਮੈਂ ਕਿਹੜੇ-ਕਿਹੜੇ ਟੈਸਟ ਕਰਾਵਾਂ ਹਨ ਵੀ ਮੇਰਾ ਲਾਈਫ ਸਟਾਈਲ ਕਿਦਾਂ ਦਾ ਉਹ ਉਹ ਚੀਜ਼ਾਂ ਨੂੰ ਨੋਟ ਕਰੋ ਫਿਰ ਸਟੱਡੀ ਕਰੋ ਸਾਰਾ ਤੁਸੀਂ ਜਿਮ ਜਾ ਰਹੇ ਹੋ ਉਹ ਜਿਮ ਦੇ ਇੰਟਰਨੈਟ ਤੇ ਸਟਾਰ ਰੇਟਿੰਗ ਨਾ ਦੇਖੋ ਉੱਥੇ ਜਾ ਕੇ ਟ੍ਰੇਨਰ ਨਾਲ ਗੱਲ ਕਰੋ ਤੁਸੀਂ ਉਸ ਤੋਂ ਬਾਅਦ ਤੁਸੀਂ ਬੋਡੀ ਬਿਲਡਿੰਗ ਸਟਾਰਟ ਕਰੋ ਫਿਟਨੈਸ ਟ੍ਰੇਨਿੰਗ ਜੋ ਵੀ ਆਪਣੀ ਸਟਾਰਟ ਕਰੋ ਜਾਂ ਯੋਗਾ ਜੁਆਇਨ ਕਰਨਾ ਤਾਂ ਉਹ ਕਰੋ ਬਟ ਪਹਿਲਾਂ ਟ੍ਰੇਨਰ ਦਾ ਸਿਰ ਜਰੂਰ ਖਾਓ ਜਾ ਕੇ ਕਿਉਂਕਿ ਜਿੰਨਾ ਤੁਸੀਂ ਉਹਨੂੰ ਪੁੱਛੋਗੇ ਉਹਨਾਂ ਹੀ ਤੁਹਾਡੇ ਲਈ ਫਾਇਦਾ ਹੈ ਉੱਥੋਂ ਉਹਦੀ ਪਰਸਨੈਲਿਟੀ ਦੇਖ ਕੇ ਜਾਂ ਆਊਟਲੁੱਕ ਦੇਖ ਕੇ ਜਾਂ ਬੜੇ سارے ਲੋਕ ਕਰੀ ਜਾਂਦੇ ਸ਼ਰਮਾ ਕੇ ਨਾ ਮਾਰਾਓ ਉਹਦੇ ਕੋਲੋਂ ਪੁੱਛੋ ਤੁਸੀਂ ਆਪਣੀ ਲਾਈਫ ਉਹਦੇ ਹਵਾਲੇ ਕਰਨ ਲੱਗੇ ਹੋ ਜਿੰਨਾ ਤੁਸੀਂ ਟ੍ਰੇਨਰ ਕੋਲ ਪੁੱਛੋਗੇ ਜਿੰਨੀ ਗਾਰਡਨਸ ਲਓਗੇ ਉਨਨੀ ਤੁਸੀਂ ਵਧੀਆ ਹੈਲਥ ਲੈ ਕੇ ਆਓਗੇ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਨੇ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਜੀ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਸੋ ਜਿਵੇਂ ਕਿ ਦੇਵ ਟਲੋ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇੱਕ ਚੰਗੀ ਬਾਡੀ ਬਣਾਉਣ ਦੇ ਲਈ ਸਾਨੂੰ ਚੰਗੀ ਖੁਰਾਕ ਦੀ ਲੋੜ ਹੈ, ਵਧੀਆ ਵਰਕਆਊਟ ਦੀ ਲੋੜ ਹੈ ਤੇ ਲੋੜ ਹੈ ਆਪਣੇ ਆਪ ਨੂੰ ਜਿਹੜਾ ਹੈਗਾ ਇਸ ਚੀਜ਼ ਦੇ ਬਾਰੇ ਅਵੇਅਰ ਕਰਨ ਦੇ ਲਈ। ਸਭ ਤੋਂ ਪਹਿਲਾਂ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਜੋ ਚੀਜ਼ਾਂ ਅਸੀਂ ਲੈ ਰਹੇ ਹਾਂ ਉਹਦਾ ਸਾਡੀ ਬਾਡੀ ਤੇ ਕੀ ਇਫੈਕਟ ਹੁੰਦਾ ਆ, ਕਿਵੇਂ ਅਸੀਂ ਉਹ ਚੀਜ਼ ਲੈਣੀ ਆ ਤੇ ਉਹਨੂੰ ਜੇਕਰ ਅਸੀਂ ਲੈ ਰਹੇ ਹਾਂ ਤੇ ਬਾਡੀ ਨੂੰ ਕੱਢਣ ਦਾ ਉਹਦੇ ਵਿੱਚੋਂ ਕੀ ਤਰੀਕਾ ਹੈ ਤੇ ਜੋ ਬੰਦਾ ਸਾਨੂੰ ਗਾਈਡ ਕਰ ਰਿਹਾ ਜੋ ਟ੍ਰੇਨਰ ਸਾਨੂੰ ਗਾਈਡ ਕਰ ਰਿਹਾ ਹੈ ਉਹਨੂੰ ਇਸ ਚੀਜ਼ ਬਾਰੇ ਪੂਰੀ ਅਵੇਅਰਨੈਸ ਹੋਣੀ ਚਾਹੀਦੀ ਹੈ ਤੇ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਜਾਂ ਫਿਰ ਵਰਕਆਊਟ ਸ਼ੁਰੂ ਕਰਦੇ ਹਾਂ ਬੋਡੀ ਬਿਲਡਿੰਗ ਦੀ ਲਾਈਨ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਐਕਸਪਰਟ ਜਿਹੜਾ ਕਿ ਸਾਨੂੰ ਟ੍ਰੇਨਿੰਗ ਦੇ ਰਿਹਾ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਹਨੂੰ ਸਵਾਲ ਕਰਨੇ ਚਾਹੀਦੇ ਨੇ ਕਿ ਜੋ-ਜੋ ਚੀਜ਼ਾਂ ਉਹ ਦੇਵੇਗਾ ਸਾਨੂੰ ਉਹਦੇ ਕੀ-ਕੀ ਇਫੈਕਟਸ ਸਾਡੀ ਬੋਡੀ ਤੇ ਹੋਣਗੇ ਕੀ-ਕੀ ਫਾਇਦੇ ਹੋਣਗੇ ਕੀ-ਕੀ ਨੁਕਸਾਨ ਹੋਣਗੇ ਸੋ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾਈ ਤੁਸੀਂ ਦੇਖਦੇ ਹੋ ਰੋ ਰੰਗ